ਤੁਸੀਂ ਅਕਸਰ ਪਟਿਆਲਾ ਪੈਗ ਤਾਂ ਜਿਹੜਾ ਸੁਣਿਆ ਹੋਊਗਾ ਅਤੇ ਪਟਿਆਲਾ ਪੈਗ ਪੀਤਾ ਵੀ ਹੋਊਗਾ ਜਿਹੜਾ ਕਿ ਸ਼ਰਾਬ ਆ ਕਿਤੇ ਕਿਤੇ ਸਾਡੀ ਸਿਹਤ ਕਰਕੇ ਵਾਸਤੇ ਜਿਹੜਾ ਵਾ ਬਹੁਤ ਹਾਨੀ ਕਰਕੇ ਆ ਪਰ ਅੱਜ ਤੁਹਾਨੂੰ ਅਜੇ ਇੱਕ ਨੌਜਵਾਨ ਮਿਲਾਉਣ ਜਾ ਰਹੇ ਹਾਂ ਜਿਹੜਾ ਕਿ ਜਿਸ ਦਾ ਨਾਮ ਭੁਪਿੰਦਰ ਸਿੰਘ ਆ ਅਤੇ ਉਸਨੇ ਪਟਿਆਲਾ ਜੂਸ ਦਾ ਜਿਹੜਾ ਗਲਾਸ ਤਿਆਰ ਕੀਤਾ ਵਾ ਪਟਿਆਲਾ ਪੈਗ ਸਾਰੇ ਨਾਮ ਲੈਂਦੇ ਨੇ ਪਟਿਆਲਾ ਪੈਗ ਪੀਂਦੇ ਨੇ ਅਤੇ ਪਟਿਆਲਾ ਦਾ ਪੈਗ ਦਾ ਜਿਹੜਾ ਉਹ ਨੁਕਸਾਨ ਹੀ ਨੁਕਸਾਨ ਫਾਇਦਾ ਕੋਈ ਨਹੀਂ ਹੈ ਇਸ ਕਰਕੇ ਅਸੀਂ ਪਟਿਆਲਾ ਜੂਸ ਜਿਹੜਾ ਤਿਆਰ ਰੈਡੀ ਕੀਤਾ ਵਾ ਇਹਦੇ 'ਚ ਕਸਟਮਰ ਨੂੰ ਬੈਨੀਫਿਟ ਬਹੁਤ ਨੇ ਬੋਡੀ ਲਈ ਜਿਸ ਤਰ੍ਹਾਂ ਪੇਟ ਦੀਆਂ ਬਿਮਾਰੀਆਂ ਠੀਕ ਹੁੰਦੀਆਂ ਨੇ ਲੀਵਰ ਵਾਸਤੇ ਬਹੁਤ ਵਧੀਆ ਲੀਵਰ ਠੰਡਾ ਰੱਖਦਾ ਵਾ ਜੂਸ ਸਾਡੀ ਸਿਹਤ ਵਾਸਤੇ ਬਹੁਤ ਵਧੀਆ ਜਾਂਦਾ ਵਾ ਅਸੀਂ ਇਹਦੇ ਜ਼ਿਆਦਾਤਰ ਅਸੀਂ ਜੂਸ ਦੀ ਦੁਕਾਨ 'ਤੇ ਜਾਂਦੇ ਹਾਂ ਵੱਧ ਤੋਂ ਵੱਧ ਅਸੀਂ ਮਿਕਸ ਜੂਸ ਪੀ ਲੈਂਦੇ ਹਾਂ ਜਾਂ ਅਨਾਰਾਂ ਜੂਸ ਪੀ ਲੈਂਦੇ ਹਾਂ ਪਰ ਜਿਹੜਾ ਤੁਸੀਂ ਇਹ ਇੱਥੇ ਬਣਾ ਰਹੇ ਹੋ ਜੂਸ 10 ਤਰ੍ਹਾਂ ਦੀ ਤੁਸੀਂ ਵਰਾਇਟੀ ਪਾਈ ਗਈ ਆ ਇਹ ਕਿਹੜੀ ਕਿਹੜੀ ਵਰਾਇਟੀ ਪਾਉਂਦੇ ਸਾਡੀ ਸਿਹਤ ਵਾਸਤੇ ਜਿਹੜਾ ਵਾ ਕਿੰਨੀ ਕੁ ਲਾਹੇਵੰਦ ਹੁੰਦੀ ਆ ਪੇਠਾ ਡਾਲਿਆ ਐਲੋਵੇਰਾ ਡਾਲਿਆ ਡਾਇਬਟੀਜ਼ ਲਈ ਬਹੁਤ ਵਧੀਆ ਪਿੰਪਲਸ ਲਈ ਸਕਿਨ ਪ੍ਰੋਬਲਮ ਲਈ ਅਤੇ ਲੀਵਰ ਵਾਸਤੇ ਹਾਰਟ ਵਾਸਤੇ ਕੋਈ ਦੱਸੇ ਜੀ ਅਸੀਂ ਦੇਖਦੇ ਵੀ ਜਦੋਂ ਵੀ ਕਿਤੇ ਅਸੀਂ ਜੂਸ ਦੀ ਦੁਕਾਨ 'ਤੇ ਜਾਂਦੇ ਹਾਂ ਅਤੇ ਉਹ ਕੱਚ ਦੇ ਗਲਾਸ ਸਾਨੂੰ ਜੂਸ ਪਾ ਕੇ ਦਿੰਦੇ ਨੇ ਅਤੇ ਅਸੀਂ ਦੇਖਿਆ ਵੀ ਤੁਸੀਂ ਤਾਂ ਪਿੱਤਲ ਦਾ ਗਲਾਸ ਜਿਹੜਾ ਰੱਖਿਆ ਗਲਾਸ ਇਹਦੀ ਲੰਬਾਈ ਕਿੰਨੀ ਆ ਅਤੇ ਐਡਾ ਵੱਡਾ ਜਿਹੜਾ ਗਲਾਸ ਆ ਜਦੋਂ ਤੁਹਾਡੇ ਕੋਲ ਕਸਟਮਰ ਆਉਂਦਾ ਇਹ ਪੀ ਜਾਂਦਾ ਸਾਰਾ ਜਿਨ੍ਹਾਂ ਦੀ ਸਕਿਨ ਖਰਾਬ ਹੋ ਜਾਂਦੀ ਆ ਉਹ ਡਾਕਟਰਾਂ ਕੋਲ ਜਾਂਦੇ ਨੇ ਮਹਿੰਗੇ ਤਰ੍ਹਾਂ ਦੀਆਂ ਉੱਥੇ ਜਿਹੜੀਆਂ ਟਿਊਬਾਂ ਲੈ ਕੇ ਆਉਂਦੇ ਨੇ ਜਾਂ ਦਵਾਈਆਂ ਲੈ ਕੇ ਲਾਉਂਦੇ ਨੇ ਖਾਂਦੇ ਨੇ ਪਰ ਉਹਨਾਂ ਨੂੰ ਬੈਨੀਫਿਟ ਨਹੀਂ ਹੁੰਦਾ ਕਿ ਲੱਗਦਾ ਤੁਹਾਡਾ ਜਿਹੜਾ ਪਟਿਆਲਾ ਸ਼ਾਹੀ ਜੂਸ ਦੇ ਗਲਾਸ ਪੀਣ ਦੇ ਨਾਲ ਉਹਨਾਂ ਦੇ ਜਿਹੜੇ ਪਿੰਪਲ ਨੇ ਜਾਂ ਹੋਰ ਜਿਹੜੇ ਚਿਹਰੇ ਚਮਕ ਜਿਹੜੀ ਘਟੀ ਹੁੰਦੀ ਆ ਉਹ ਵੱਧ ਜਾਏਗੀ ਸਟੀਲ ਯੂਜ਼ ਕਰਨ ਨਾਲ ਜਿਹੜਾ ਉਹ ਬੋਡੀ ਨੂੰ ਕਾਫੀ ਬੋਡੀ ਨੂੰ ਇਫੈਕਟ ਪੈਂਦੇ ਨੇ ਅਤੇ ਇਸ ਕਰਕੇ ਜਿਹੜਾ ਹਰ ਕੋਈ ਹੁਣ ਅਵੇਅਰ ਹੋ ਰਿਹਾ ਅਤੇ ਪਿੱਤਲ ਦੇ ਭਾਂਡੇ ਦੁਬਾਰਾ ਘਰਾਂ 'ਚ ਯੂਜ਼ ਹੋਣੇ ਸਟਾਰਟ ਹੋ ਆਪਣੇ ਤਮਾਮ ਦਰਸ਼ਕਾਂ ਦਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਹਰਜੀਤ ਗਰੇਵਾਲ ਤੁਸੀਂ ਅਕਸਰ ਪਟਿਆਲਾ ਪੈਗ ਤਾਂ ਜਿਹੜਾ ਸੁਣਿਆ ਹੋਊਗਾ ਅਤੇ ਪਟਿਆਲਾ ਪੈਗ ਪੀਤਾ ਵੀ ਹੋਊਗਾ ਜਿਹੜਾ ਕਿ ਸ਼ਰਾਬ ਆ ਕਿਤੇ ਕਿਤੇ ਸਾਡੀ ਸਿਹਤ ਕਰਕੇ ਵਾਸਤੇ ਜਿਹੜਾ ਵਾ ਬਹੁਤ ਹਾਨੀ ਕਰਕੇ ਆ ਪਰ ਅੱਜ ਤੁਹਾਨੂੰ ਅਜੇ ਇੱਕ ਨੌਜਵਾਨ ਮਿਲਾਉਣ ਜਾ ਰਹੇ ਹਾਂ ਜਿਹੜਾ ਕਿ ਜਿਸ ਦਾ ਨਾਮ ਭੁਪਿੰਦਰ ਸਿੰਘ ਆ ਅਤੇ ਉਸਨੇ ਪਟਿਆਲਾ ਜੂਸ ਦਾ ਜਿਹੜਾ ਗਲਾਸ ਤਿਆਰ ਕੀਤਾ ਵਾ ਗੱਲਬਾਤ ਕਰਾਂਗੇ ਭੁਪਿੰਦਰ ਜੀ ਨਾਲ ਭੁਪਿੰਦਰ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਤੁਹਾਡਾ ਪੰਜਾਬੀ ਲੋਕ ਚੈਨਲ ਜੀ ਸਤਿ ਸ਼੍ਰੀ ਅਕਾਲ ਜੀ ਅਤੇ ਭੁਪਿੰਦਰ ਜੀ ਨੇ ਸੋ ਪਟਿਆਲਾ ਪੈਗ ਸੁਣਿਆ ਸੀ ਜਿਹੜਾ ਕਿ ਸ਼ਰਾਬ ਲੋਕ ਪੀਂਦੇ ਨੇ ਪਰ ਕਿੰਨੇ ਕਿ ਸਾਡੀ ਸਿਹਤ ਵਾਸਤੇ ਹਾਨੀਕਾਰਕ ਮੰਨਿਆ ਜਾਂਦਾ ਪਰ ਤੁਸੀਂ ਇਹ ਪਟਿਆਲਾ ਗਲਾਸ ਦਾ ਜੂਸ ਲੈਣ ਦਾ ਆਈਡੀਆ ਕਿਸ ਤਰ੍ਹਾਂ ਸੋਚਿਆ ਇਸ ਬਾਰੇ ਭਾਅ ਜੀ ਇੱਦਾਂ ਹੈ ਕਿ ਪਟਿਆਲਾ ਪੈਗ ਸਾਰੇ ਨਾਮ ਲੈਂਦੇ ਨੇ ਪਟਿਆਲਾ ਪੈਗ ਪੀਂਦੇ ਨੇ ਅਤੇ ਪਟਿਆਲਾ ਦਾ ਪੈਗ ਦਾ ਜਿਹੜਾ ਉਹ ਨੁਕਸਾਨ ਹੀ ਨੁਕਸਾਨ ਫਾਇਦਾ ਕੋਈ ਨਹੀਂ ਹੈ ਇਸ ਕਰਕੇ ਅਸੀਂ ਪਟਿਆਲਾ ਜੂਸ ਜਿਹੜਾ ਤਿਆਰ ਰੈਡੀ ਕੀਤਾ ਵਾ ਇਹਦੇ 'ਚ ਕਸਟਮਰ ਨੂੰ ਬੈਨੀਫਿਟ ਬਹੁਤ ਨੇ ਬੋਡੀ ਲਈ ਜਿਸ ਤਰ੍ਹਾਂ ਪੇਟ ਦੀਆਂ ਬਿਮਾਰੀਆਂ ਠੀਕ ਹੁੰਦੀਆਂ ਨੇ ਲੀਵਰ ਵਾਸਤੇ ਬਹੁਤ ਵਧੀਆ ਲੀਵਰ ਠੰਡਾ ਰੱਖਦਾ ਵਾ ਅਤੇ ਹਾਈ ਬਲੱਡ ਪ੍ਰੈਸ਼ਰ ਕੰਟਰੋਲ ਕਰਦਾ ਅਤੇ ਡਾਇਬਟੀਜ਼ ਲਈ ਬਹੁਤ ਵਧੀਆ ਹੋਰ ਇਹਦੇ ਕਾਫੀ ਬੈਨੀਫਿਟ ਨੇ ਜੇ ਜਿਹੜੀਆਂ ਅਸੀਂ ਇਹ 'ਚ ਆਈਟਮਾਂ ਡਾਲਦੇ ਹਾਂ ਉਹ ਤੁਸੀਂ ਦੇਖਿਆ ਹੀ ਨੇ ਕਿ ਜਿਹੜੀਆਂ ਆਈਟਮਸ ਹੈਗੀਆਂ ਨੇ ਹਰ ਆਈਟਮ ਦੇ ਆਪਣੇ ਫਾਇਦੇ ਹੈਗੇ ਨੇ ਜੀ ਭੁਪਿੰਦਰ ਸਿੰਘ ਜੀ ਇਹ ਤਿਆਰ ਕਿਸ ਤਰ੍ਹਾਂ ਜਿਹੜਾ ਪਟਿਆਲਾ ਤੁਸੀਂ ਜੂਸ ਦਾ ਗਲਾਸ ਤਿਆਰ ਕੀਤਾ ਵਾ ਕਿਸ ਤਰ੍ਹਾਂ ਤਿਆਰ ਦਾ ਦਰਸ਼ਕਾਂ ਦੱਸੋ ਸਭ ਤੋਂ ਪਹਿਲਾਂ ਕੀ ਪ੍ਰਕਿਰਿਆ ਹੁੰਦੀ ਆ ਅਤੇ ਹੋਰ ਕੀ ਸਮਾਨ ਵਿੱਚ ਪਾਇਆ ਜਾਂਦਾ ਅਤੇ ਕਿੰਨੀ ਗਿਣਤੀ ਵਿੱਚ ਪਾਇਆ ਜਾਂਦਾ ਹੈ ਭਾਅ ਜੀ ਪਹਿਲਾਂ ਤਾਂ ਅਸੀਂ ਜਿਹੜਾ ਗੰਨਿਆਂ ਰਸ ਰੈਡੀ ਕਰਦੇ ਹਾਂ ਕਿਉਂਕਿ ਅਸੀਂ ਕਿਸੇ ਵੀ ਜੂਸ 'ਚ ਜਿਹੜਾ ਸ਼ੂਗਰ ਯੂਜ਼ ਨਹੀਂ ਕਰੀ ਦੀ ਸ਼ੂਗਰ ਯੂਜ਼ ਨਾ ਕਰਨ ਕਰਕੇ ਜਿਹੜਾ ਮਿਠਾਸ ਲਈ ਅਸੀਂ ਨੈਚੁਰਲ ਗੰਨਿਆਂ ਰਸ ਜਿਹੜਾ ਮਿਠਾਸ ਲਈ ਜਿਹੜਾ ਉਹ ਅਸੀਂ ਯੂਜ਼ ਕਰਦੇ ਹਾਂ ਉਸ ਤੋਂ ਬਾਅਦ ਅਸੀਂ ਇਹਦੇ 'ਚ ਜਿਹੜਾ ਚਕੰਦਰ ਡਾਲੀ ਦੀ ਹੈ ਬੀਟਰੂਟ ਜਿਹਨੂੰ ਆਪਾਂ ਕਹਿੰਦੇ ਹਾਂ ਨਾਲ ਆਲੂ ਬੁਖਾਰਾ ਡਾਲੀ ਦਾ ਸੇਬ ਡਾਲੀ ਦਾ ਅਤੇ ਐਲੋਵੇਰਾ ਡਾਲੀ ਦਾ ਚਿੱਟਾ ਪੇਠਾ ਡਾਲੀ ਦਾ ਮੈਂਗੋ ਡਾਲੀ ਦਾ ਜੀ ਅਤੇ ਉਸ ਤੋਂ ਇਲਾਵਾ ਜਿਹੜੀ ਹੈ ਅਸੀਂ ਡਰਾਈ ਫਰੂਟ ਵਗੈਰਾ ਨਾਲ ਡਾਲੀ ਦੇ ਟੇਸਟ ਵਾਸਤੇ ਵੀ ਬੈਨੀਫਿਟ ਬਹੁਤ ਨੇ ਡਰਾਈ ਫਰੂਟ ਦੇ ਉਹ ਡਾਲੀ ਦੇ ਨੇ ਅਤੇ ਨਾਲ ਟੇਸਟ ਵਾਸਤੇ ਇੱਕ ਦੋ ਆਈਟਮਸ ਹੋਰ ਜਿਸ ਤਰ੍ਹਾਂ ਜੈਲੀ ਹੋ ਗਈ ਇੱਕ ਇਹਦੇ 'ਚ ਜਿਹੜੀਆਂ ਸਾਰੀਆਂ ਆਈਟਮ ਅਸੀਂ ਡਾਲ ਕੇ ਅਤੇ ਇਹਨੂੰ ਤਿਆਰ ਕਰੀਦਾ ਜੀ ਅਤੇ ਇਹਨੂੰ ਅਸੀਂ ਮਿਕਸੀ ਗ੍ਰਾਇੰਡ ਕਰਕੇ ਇਹਨੂੰ ਤਿਆਰ ਕਰਦੇ ਹਾਂ ਇੱਕ ਤਾਂ ਇਹਦਾ ਫਾਈਬਰ ਜਿਹੜਾ ਉਹ ਬਣਿਆ ਰਹਿੰਦਾ ਪ੍ਰੋਪਰ ਫਾਈਬਰ ਬੋਡੀ ਲਈ ਬਹੁਤ ਵਧੀਆ ਵਾ ਅਤੇ ਜਿਹਦੇ ਨਾਲ ਇਹ ਬੈਨੀਫਿਟਸ ਜਿਹੜੇ ਸਾਨੂੰ ਜ਼ਿਆਦਾ ਮਿਲਦੇ ਬੋਡੀ ਨੂੰ ਅਤੇ ਬਾਕੀ ਤੁਸੀਂ ਇਹਨੂੰ ਟੇਸਟ ਕਰੋ ਅਤੇ ਸਾਨੂੰ ਦੱਸੋ ਕਿਸ ਤਰ੍ਹਾਂ ਬਣਿਆ ਜੀ ਮੈਨੂੰ ਇਸ ਤੋਂ ਪਹਿਲਾਂ ਦੱਸਣ ਜੀ ਅਸੀਂ ਇੱਥੇ ਦੇਖਦੇ ਵੀ ਜਦੋਂ ਕਿਤੇ ਕੋਈ ਬਿਮਾਰ ਹੁੰਦਾ ਵਾ ਅਤੇ ਡਾਕਟਰ ਸਾਨੂੰ ਕਹਿੰਦੇ ਨੇ ਵੀ ਤੁਹਾਨੂੰ ਜਿਹੜਾ ਵਾ ਜੂਸ ਪੀਣਾ ਚਾਹੀਦਾ ਵਾ ਜੂਸ ਸਾਡੀ ਸਿਹਤ ਵਾਸਤੇ ਬਹੁਤ ਵਧੀਆ ਜਾਂਦਾ ਵਾ ਅਸੀਂ ਦੇਖਦੇ ਜ਼ਿਆਦਾਤਰ ਅਸੀਂ ਜੂਸ ਦੀ ਦੁਕਾਨ 'ਤੇ ਜਾਂਦੇ ਹਾਂ ਵੱਧ ਤੋਂ ਵੱਧ ਅਸੀਂ ਮਿਕਸ ਜੂਸ ਪੀ ਲੈਂਦੇ ਹਾਂ ਜਾਂ ਅਨਾਰਾਂ ਜੂਸ ਪੀ ਲੈਂਦੇ ਹਾਂ ਪਰ ਜਿਹੜਾ ਤੁਸੀਂ ਇਹ ਇੱਥੇ ਬਣਾ ਰਹੇ ਹੋ ਜੂਸ 10 ਤਰ੍ਹਾਂ ਦੀ ਤੁਸੀਂ ਵਰਾਇਟੀ ਪਾਈ ਗਈ ਆ ਇਹ ਕਿਹੜੀ ਕਿਹੜੀ ਵਰਾਇਟੀ ਪਾਉਂਦੇ ਸਾਡੀ ਸਿਹਤ ਵਾਸਤੇ ਜਿਹੜਾ ਵਾ ਕਿੰਨੀ ਕੁ ਲਾਹੇਵੰਦ ਹੁੰਦੀ ਆ ਜੋ ਤੁਸੀਂ ਪਾਉਂਦੇ ਹੋ ਕਿਹੜੀ ਕਿਹੜੀ ਬਿਮਾਰੀ ਨੂੰ ਇਹ ਠੀਕ ਕਰਦੇ ਨੇ
ਭਾਜੀ ਜਿਸ ਤਰ੍ਹਾਂ ਡਾਇਬਟੀਜ਼ ਵਾਸਤੇ ਅਸੀਂ ਡਾਲਦੇ ਜਿਸ ਤਰ੍ਹਾਂ ਪੇਠਾ ਡਾਲਿਆ ਐਲੋਵੇਰਾ ਡਾਲਿਆ ਡਾਇਬਟੀਜ਼ ਲਈ ਬਹੁਤ ਵਧੀਆ ਪਿੰਪਲਸ ਲਈ ਸਕਿਨ ਪ੍ਰੋਬਲਮ ਲਈ ਅਤੇ ਲੀਵਰ ਵਾਸਤੇ ਹਾਰਟ ਵਾਸਤੇ ਸਾਡੇ ਲੰਗਸ ਨੂੰ ਸਾਫ਼ ਰੱਖਦਾ ਹੈ ਅਤੇ ਇਸ ਤਰ੍ਹਾਂ ਦੀਆਂ ਜਿਹੜੀ ਜਿੰਨੀਆਂ ਆਈਟਮਸ ਹੈ ਇਹਨਾਂ ਦੇ ਬੈਨੀਫਿਟਸ ਨੇ ਸਾਰੇ ਲੀਵਰ ਨੂੰ ਠੰਡਾ ਰੱਖਦਾ ਹੈ ਅਤੇ ਬੀਟਰੂਟ ਡਾਲੀਦਾ ਉਸ ਤੋਂ ਇਲਾਵਾ ਜਿਹੜਾ ਆਲੂ ਬੁਖਾਰਾ ਹੈ ਸੇਬ ਹੈ ਅਤੇ ਗੰਨੇ ਦਾ ਰਸ ਹੈ ਇਹ ਆਈਟਮ ਨਾਲ ਜਿਹੜਾ ਸਾਡੇ ਬੋਡੀ ਨੂੰ ਜਿਹੜਾ ਜ਼ਿਆਦਾ ਬੈਨੀਫਿਟ ਮਿਲਦੇ ਨੇ ਇਸ ਕਰਕੇ ਅਸੀਂ ਇਹ ਜਿਹੜਾ ਜੂਸ ਤਿਆਰ ਕੀਤਾ ਇੱਕ ਪੀ ਕੇ ਹਰ ਕਿਸੇ ਨੂੰ ਜਿਹੜਾ ਐਨਰਜੀ ਬੋਡੀ 'ਚ ਬਣੀ ਰਹਿੰਦੀ ਹੈ ਪ੍ਰੋਪਰ ਜੀ ਸਰ ਅਸੀਂ ਦੇਖਦੇ ਵੀ ਜਦੋਂ ਵੀ ਕਿਤੇ ਅਸੀਂ ਜੂਸ ਦੀ ਦੁਕਾਨ 'ਤੇ ਜਾਂਦੇ ਹਾਂ ਤਾਂ ਉਹ ਕੱਚ ਦੇ ਗਲਾਸ ਸਾਨੂੰ ਜੂਸ ਪਾ ਕੇ ਦਿੰਦੇ ਨੇ ਅਤੇ ਅਸੀਂ ਦੇਖਿਆ ਵੀ ਤੁਸੀਂ ਤਾਂ ਪਿੱਤਲ ਦਾ ਗਲਾਸ ਜਿਹੜਾ ਰੱਖਿਆ ਗਲਾਸ ਇਹਦੀ ਲੰਬਾਈ ਕਿੰਨੀ ਆ ਅਤੇ ਐਡਾ ਵੱਡਾ ਜਿਹੜਾ ਗਲਾਸ ਆ ਜਦੋਂ ਤੁਹਾਡੇ ਕੋਲ ਕਸਟਮਰ ਆਉਂਦਾ ਇਹ ਪੀ ਜਾਂਦਾ ਸਾਰਾ ਭਾਅ ਜੀ ਤਕਰੀਬਨ ਕਸਟਮਰ ਪੀ ਜਾਂਦੇ ਬਾਕੀ ਦੋ ਤਿੰਨ ਕਸਟਮਰ ਇਕੱਠੇ ਕੋਈ ਆਉਂਦੇ ਨੇ ਫੈਮਿਲੀ ਆਈ ਹੈ ਉਹ ਨਾਲ ਸਾਡੇ ਕੋਲ ਸਪੇਅਰ ਛੋਟੇ ਗਲਾਸ ਲੈ ਲੈਂਦੇ ਨੇ ਉਹ ਡਿਵਾਈਡ ਕਰਕੇ ਕਿਸੇ ਨੇ ਪੀਣਾ ਤਾਂ ਵੀ ਪੀ ਸਕਦਾ ਹੈ ਲੰਬਾਈ ਇਹਦੀ ਕੋਈ 9-10 ਇੰਚ ਦੇ ਕਰੀਬ ਹੈ ਜੀ ਡੇਢ ਲੀਟਰ ਦਾ ਇਹ ਗਲਾਸ ਹੈ ਅਤੇ ਜਿਹੜਾ ਇਹ ਮਤਲਬ ਅਸੀਂ ਕਹਿ ਲਈਏ ਕਿ ਐਨਰਜੀ ਡਰਿੰਕ ਹੈ ਬੋਡੀ ਲਈ ਬਹੁਤ ਵਧੀਆ ਪਰ ਕੀ ਲੱਗਦਾ ਵੀ ਜਿੱਥੇ ਬੰਦਾ ਬਿਮਾਰ ਹੁੰਦਾ ਵਾ ਮੰਨ ਲਓ ਉਸਦੇ ਹਾਲਾਤ ਨਹੀਂ ਠੀਕ ਮੰਨ ਲਓ ਉਹਦੇ ਸੈੱਲ ਘਾਟੇ ਹੁੰਦੇ ਨੇ ਜਾਂ ਉਸਦੇ ਜਿਗਰ 'ਚ ਪ੍ਰੋਬਲਮ ਆ ਜਿਵੇਂ ਅਸੀਂ ਦੇਖਿਆ ਅੱਜ ਕੱਲ੍ਹ ਲੋਕਾਂ ਨੂੰ ਫੈਟੀ ਲੀਵਰ ਦੀ ਬਹੁਤ ਪ੍ਰੋਬਲਮ ਹੁੰਦੀ ਆ ਹਰ ਇੱਕ ਬੰਦਾ ਛੱਡ ਕੇ ਇੱਕ ਬੰਦੇ ਨੂੰ ਜਿਹੜਾ ਫੈਟੀ ਲੀਵਰ ਹੋ ਜਾਂਦਾ ਅਸੀਂ ਦੇਖਦੇ ਵੀ ਡਾਕਟਰਾਂ ਕੋਲ ਜਾ ਕੇ ਮਹਿੰਗੀਆਂ ਦਵਾਈਆਂ ਖਾਂਦੇ ਨੇ ਪਰ ਕਿਤੇ ਕਿਤੇ ਉਹ ਫੈਟੀ ਲੀਵਰ ਨਹੀਂ ਠੀਕ ਹੁੰਦਾ ਕੀ ਲੱਗਦਾ ਇਹ ਤੁਹਾਡੇ ਡੇਢ ਫੁੱਟ ਦਾ ਜਿਹੜਾ ਤੁਸੀਂ ਪਟਿਆਲਾ ਗਲਾਸ ਬਣਾਇਆ ਜੂਸ ਦਾ ਇਸ ਦੇ ਪੀਣ ਦੇ ਨਾਲ ਜਿਹੜਾ ਫੈਟੀ ਲੀਵਰ ਜਾਂ ਹੋਰ ਜਿਹੜੀਆਂ ਜਿਸ ਤਰ੍ਹਾਂ ਦੀਆਂ ਬਿਮਾਰੀਆਂ ਜਾਂ ਸ਼ੂਗਰ ਜਾਂ ਕਿਸ ਤਰ੍ਹਾਂ ਦੀ ਉਹ ਠੀਕ ਹੋ ਜਾਣਗੀਆਂ ਹਾਂਜੀ ਭਾਅ ਜੀ ਉਹ ਹੈ ਹੀ ਹੈ ਪੇਠਾ ਜਿਹੜਾ ਹੈ ਉਹ ਫੈਟੀ ਲੀਵਰ ਵਾਸਤੇ ਬਹੁਤ ਵਧੀਆ ਨਾਲੇ ਜਿਹੜਾ ਆਪਾਂ ਡਾਇਬਟੀਜ਼ ਲਈ ਕਹਿ ਰਹੇ ਹਾਂ ਬਹੁਤ ਵਧੀਆ ਜਿਹੜੇ ਸੈੱਲ ਘਟਦੇ ਨੇ ਉਹਦੇ ਲਈ ਐਲੋਵੇਰਾ ਅਤੇ ਗੰਨੇ ਦਾ ਰਸ ਜਦੋਂ ਕੰਬਾਈਨ ਹੋ ਜਾਂਦਾ ਅਤੇ ਉਹਦੇ ਨਾਲ ਸਾਡੇ ਡੈਡ ਸੈੱਲ ਖਤਮ ਹੁੰਦੇ ਨੇ ਨਵੇਂ ਸੈੱਲ ਬਣਦੇ ਨੇ ਅਤੇ ਕੀਵੀ ਅਸੀਂ ਡਾਲੀ ਆ ਉਹ ਵੀ ਸਾਡੀ ਬੋਡੀ ਨੂੰ ਸੈੱਲ ਜਿਹੜੇ ਨਿਊ ਸੈੱਲ ਬਣਾਉਂਦੇ ਨੇ ਅਤੇ ਬੀਟਰੂਟ ਵਾਸਤੇ ਜਿਹੜਾ ਬਲੱਡ ਸਰਕੂਲੇਸ਼ਨ ਸਹੀ ਰਹਿੰਦਾ ਬਲੱਡ ਬਣਦਾ ਨਵਾਂ ਅਤੇ ਬੀਟਰੂਟ ਡਾਲੀਦਾ ਅਸੀਂ ਦੇਖਿਆ ਤੁਸੀਂ ਵਿੱਚ ਆਲੂ ਬੁਖਾਰਾ ਪਾਇਆ ਵਾ ਅਸੀਂ ਦੇਖਦੇ ਵੀ ਜ਼ਿਆਦਾਤਰ ਆਲੂ ਬੁਖਾਰਾ ਲੋਕਾਂ ਦੇ ਜਿਹੜਾ ਹਾਜ਼ਮੇ ਠੀਕ ਕਰਨ ਵਾਸਤੇ ਕਿਹਾ ਜਾਂਦਾ ਉਸ ਲੀਵਰ ਕੰਮ ਨਹੀਂ ਕਰਦਾ ਹੁੰਦਾ ਅਤੇ ਜਾਂ ਇਹਨੂੰ ਰੋਟੀ ਕਹਿੰਦਾ ਪਚਦੀ ਨਹੀਂ ਅਸੀਂ ਦੇਖਦੇ ਵੀ ਬੱਚੇ ਇੱਕ ਅੱਧਾ ਫੁਰਸ਼ਾਦਾ ਖਾਂਦੇ ਨੇ ਉਹਨਾਂ ਦੀ ਸਿਹਤ ਨਹੀਂ ਬਣਦੀ ਅਤੇ ਅਸੀਂ ਦੇਖਦੇ ਵੀ ਜ਼ਿਆਦਾਤਰ ਆਪਾਂ ਜਦੋਂ ਜਾਂਦੇ ਕਿਸੇ ਹਕੀਮ ਕੋਲ ਜਾਂਦੇ ਜਾਂ ਕਿਸੇ ਕੋਲ ਉਹ ਸਾਨੂੰ ਕਹਿੰਦਾ ਵੀ ਆਲੂ ਬੁਖਾਰਾ ਜਿਹੜਾ ਸੁੱਕਾ ਹੁੰਦਾ ਭਿਉਂ ਕੇ ਜਿਹੜਾ ਉਹ ਬੱਚਿਆਂ ਨੂੰ ਦੇਣਾ ਚਾਹੀਦਾ ਵਾ ਉਹਨਾਂ ਜਿਹੜੀ ਆ ਬੱਚਿਆਂ ਦਾ ਹਾਜ਼ਮਾ ਵਧੀਆ ਹੁੰਦਾ ਵਾ ਕੀ ਲੱਗਦਾ ਇਸ ਜੂਸ ਪੀਣ ਦੇ ਨਾਲ ਵੀ ਬੱਚਿਆਂ ਦੀ ਜਿਹੜਾ ਹਾਜ਼ਮਾ ਦੁਰਸਤ ਹੋਜੂਗਾ ਜਿਹੜਾ ਬੱਚੇ ਵੱਧਦੇ ਫੁੱਲਦੇ ਨਹੀਂ ਆ ਜਿਨ੍ਹਾਂ ਦੀ ਬੱਚਿਆਂ ਦੀ ਲੰਬਾਈ ਨਹੀਂ ਹੁੰਦੀ ਕੱਦ ਨਹੀਂ ਵੱਧਦਾ ਉਹਨਾਂ ਵਾਸਤੇ ਇਹ ਬਹੁਤ ਚੰਗਾ ਰਹਿੰਦਾ ਹੈ ਹਾਂਜੀ ਭਾਅ ਜੀ ਆਲੂ ਬੁਖਾਰੇ ਦੇ ਵੀ ਆਪਣੇ ਬੈਨੀਫਿਟ ਨੇ ਜਿਸ ਤਰ੍ਹਾਂ ਪੇਟ ਠੀਕ ਰੱਖਦਾ ਠੰਡਾ ਰੱਖਦਾ ਅਤੇ ਹਾਜ਼ਮਾ ਜਿਹੜਾ ਸੈੱਟ ਰੱਖਦਾ ਬੱਚਿਆਂ ਨੂੰ ਪੀਣਾ ਚਾਹੀਦਾ ਇੱਕ ਤਾਂ ਐਨਰਜੀ ਡਰਿੰਕ ਹੈ ਦੂਸਰਾ ਬੱਚੇ ਲਈ ਬੈਨੀਫਿਟ ਬਹੁਤ ਨੇ ਇਹਦੇ ਪਰ ਕੀ ਲੱਗਦਾ ਵੀ ਜਿਹੜਾ ਤੁਸੀਂ ਪਿੱਤਲ ਦੇ ਗਲਾਸ ਦੇ ਰਹੇ ਹੋ ਜਿਹੜਾ ਅਸੀਂ ਦੇਖਦੇ ਹਾਂ ਤੁਹਾਡੇ ਕੋਲ ਪਟਿਆਲਾ ਸਾਹਿਬ ਜਿਹੜਾ ਗਲਾਸ ਆ ਇਸ 'ਤੇ ਪਿੱਤਲ ਦੇ ਬਹੁਤ ਫਾਇਦੇ ਹੁੰਦੇ ਨੇ ਸਾਡਾ ਜਿਹੜੇ ਪੁਰਾਣੇ ਬਜ਼ੁਰਗ ਸੀ ਉਹ ਪਿੱਤਲ ਦੇ ਭਾਂਡਿਆਂ ਦੀ ਵਰਤੋਂ ਕਰਦੇ ਹੁੰਦੇ ਸੀ ਅਤੇ ਸਿਹਤਾਂ ਬਹੁਤ ਵਧੀਆ ਹੁੰਦੀਆਂ ਸੀ ਉਮਰਾਂ ਬਹੁਤ ਲੰਬੀਆਂ ਸੀ ਅਸੀਂ ਦੇਖਿਆ ਪਿੱਤਲ ਦੇ ਜਿਹੜੇ ਵੱਡੇ ਗਲਾਸਾਂ ਵਿੱਚ ਦੁੱਧ ਪੀਂਦੇ ਹੁੰਦੇ ਸੀ ਅਤੇ ਉਹਨਾਂ ਦੇ ਜਿਹੜੇ ਛੰਨਿਆਂ ਵਿੱਚ ਪਿੱਤਲ ਦਿਆਂ 'ਚ ਦਹੀਂ ਵੀ ਖਾਂਦੇ ਸੀ ਅਤੇ ਉਹਨਾਂ ਦੀ ਉਮਰਾਂ ਬਹੁਤ ਚੰਗੀਆਂ ਸੀ ਸਿਹਤਾਂ ਬਹੁਤ ਹੁੰਦੀਆਂ ਸੀ ਕਿਤੇ ਕਿਤੇ ਜਿਹੜਾ ਪਿੱਤਲ ਆ ਉਹ ਸਾਡੀ ਸਿਹਤ ਵਾਸਤੇ ਕਿੰਨਾ ਕੁ ਲਾਹੇਵੰਦ ਆ ਭਾਅ ਜੀ ਪਿੱਤਲ ਦੇ ਜਿਹੜੇ ਬੈਨੀਫਿਟ ਹੈਗੇ ਸੀ ਤਾਂ ਹੀ ਪੁਰਾਣੇ ਬਜ਼ੁਰਗ ਜੇ ਆਪਾਂ ਦੇਖੀਏ ਤਾਂ ਘਰਾਂ ਵਿੱਚ ਜਿਹੜਾ ਉਹ ਪਹਿਲਾਂ ਪਿੱਤਲ ਯੂਜ਼ ਹੁੰਦਾ ਸੀ ਅਤੇ ਉਸ ਤੋਂ ਬਾਅਦ ਸਟੀਲ ਆ ਗਿਆ ਸਟੀਲ ਨਾਲ ਸਾਡੀ ਬਿਮਾਰੀਆਂ ਜਿਹੜੀਆਂ ਬੋਡੀ ਦੀ ਵੱਧਦੀਆਂ ਗਈਆਂ ਨੇ ਅਤੇ ਹੁਣ ਫਿਰ ਹਰ ਕੋਈ ਅਵੇਅਰ ਹੋ ਰਿਹਾ ਕਿ ਪਿੱਤਲ ਅਤੇ ਹੋਰ ਆਈਟਮਾਂ ਜਿਹੜੀਆਂ ਉਹ ਡਾਲ ਰਿਹਾ ਵਾ ਮਤਲਬ ਪਿੱਤਲ ਵਗੈਰਾ ਯੂਜ਼ ਕਰ ਰਿਹਾ ਘਰਾਂ 'ਚ ਅਤੇ ਪਿੱਤਲ ਨਾਲ ਜਿਹੜਾ ਸਾਡੀ ਬੋਡੀ ਨੂੰ ਕਾਫੀ ਬੈਨੀਫਿਟ ਮਿਲਦੇ ਨੇ ਅਸੀਂ ਚਾਹੇ ਇਹਦੇ 'ਚ ਸਿਰਫ ਕੋਈ ਚੀਜ਼ ਡਾਲ ਕੇ ਪੀ ਰਹੇ ਹਾਂ ਉਹਦੇ ਨਾਲ ਵੀ ਬੈਨੀਫਿਟ ਬਹੁਤ ਮਿਲਦੇ ਆ ਜੀ ਮਤਲਬ ਕਹਿ ਸਕਦੇ ਵੀ ਜੇ ਪਿੱਤਲ ਦੇ ਭਾਂਡੇ ਵਿੱਚ ਅਸੀਂ ਪਾਣੀ ਪਾ ਕੇ ਪੀਂਦੇ ਹਾਂ ਜਾਂ ਦੁੱਧ ਪਾ ਕੇ ਪੀਂਦੇ ਹਾਂ ਜਾਂ ਲੱਸੀ ਪੀਂਦੇ ਹਾਂ ਉਹ ਵੀ ਸਾਡੀ ਸਿਹਤ ਵਾਸਤੇ ਬਹੁਤ ਵਧੀਆ ਵਾ ਪਰ ਅਸੀਂ ਦੇਖਦੇ ਹਾਂ ਵੀ ਅੱਜ ਕੱਲ੍ਹ ਜਿਹੜਾ ਵਾ ਪਿੱਤਲ ਦੇ ਭਾਂਡੇ ਘਰਾਂ 'ਚ ਲੱਭਦੇ ਨਹੀਂ ਆ ਅਸੀਂ ਦੇਖਦੇ ਹਾਂ ਪਹਿਲਾਂ ਪੁਰਾਣੇ ਜ਼ਮਾਨੇ 'ਚ ਜਦੋਂ ਕਿਸੇ ਦਾ ਵਿਆਹ ਆਉਂਦਾ ਸੀ ਅਤੇ ਉਸਨੂੰ ਦਾਜ ਵਿੱਚ ਧੀ ਭੈਣ ਨੂੰ ਪਿੱਤਲ ਦੇ ਭਾਂਡੇ ਦਿੰਦੇ ਸੀ ਅਤੇ ਲੋਕ ਬਹੁਤ ਸ਼ਿੰਗਾਰ ਕੇ ਰੱਖਦੇ ਸੀ ਵੀ ਪਿੱਤਲ ਦੇ ਪੁਰਾਣੇ ਭਾਂਡੇ ਆ ਸਾਡੇ ਦਿੱਤੇ ਆ ਮਾਂ ਬਾਪ ਨੇ ਦਿੱਤੇ ਆ ਪਰ ਬਹੁਤ ਸ਼ਿੰਗਾਰ ਕੇ ਲੋਕ ਰੱਖਦੇ ਸੀ ਘਰਾਂ ਵਿੱਚ ਪਰ ਅੱਜ ਕੱਲ੍ਹ ਦੇਖਣ ਨੂੰ ਮਿਲਦੇ ਨਹੀਂ ਆ ਕਿ ਲੱਗਦਾ ਨਹੀਂ ਇਸ ਤਰ੍ਹਾਂ ਦੇ ਇੱਕ ਵਾਰੀ ਫਿਰ ਤੋਂ ਰਿਵਾਜ਼ ਵਾਪਸ ਆ ਗਿਆ ਪਿੱਤਲ ਦੇ ਭਾਂਡਿਆਂ ਦੇ ਭਾਅ ਜੀ ਰਿਵਾਜ਼ ਇਸ ਕਰਕੇ ਵਾਪਸ ਆ ਗਿਆ ਕਿ ਸਟੀਲ ਯੂਜ਼ ਕਰਨ ਨਾਲ ਜਿਹੜਾ ਉਹ ਬੋਡੀ ਨੂੰ ਕਾਫੀ ਬੋਡੀ ਨੂੰ ਇਫੈਕਟ ਪੈਂਦੇ ਨੇ ਅਤੇ ਇਸ ਕਰਕੇ ਜਿਹੜਾ ਹਰ ਕੋਈ ਹੁਣ ਅਵੇਅਰ ਹੋ ਰਿਹਾ ਅਤੇ ਪਿੱਤਲ ਦੇ ਭਾਂਡੇ ਦੁਬਾਰਾ ਘਰਾਂ 'ਚ ਯੂਜ਼ ਹੋਣੇ ਸਟਾਰਟ ਹੋ ਗਏ ਅਸੀਂ ਦੇਖਿਆ ਵੀਰ ਜੀ ਸਾਡੇ ਬੱਚੇ ਜਿਹੜੇ ਨੇ ਉਹ ਪਲਾਸਟਿਕ ਦੇ ਬੋਤਲਾਂ ਲੈ ਕੇ ਜਾਂਦੇ ਨੇ ਸਕੂਲ ਵਿੱਚ ਪਾਣੀ ਦੀਆਂ ਪਲਾਸਟਿਕ ਦਾ ਟਿਫਨ ਲੈ ਕੇ ਜਾਂਦੇ ਨੇ ਪਲਾਸਟਿਕ ਸਾਡੀ ਸਿਹਤ ਵਾਸਤੇ ਕਿੰਨੀ ਕੁ ਹਾਨੀਕਾਰਕ ਆ ਕਿ ਲੱਗਦਾ ਨਹੀਂ ਸਾਨੂੰ ਅਸੀਂ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦੀ ਜਿਹੜੀਆਂ ਪਲਾਸਟਿਕ ਦੀਆਂ ਬੋਤਲਾਂ
तो उसके बेनीफिट तो कोई है नहीं, नुकसान ही है। जे हूँ असी देखा देखिए जिस तरह गवर्नमेंट वालों हूँ उपराला शुरू किया गया, प्लास्टिक तो बैन किया गया, प्लास्टिक हूँ बंद हो रहा, काफ़ी हद तक हो भी गया, बाकी जरा रह गया वो भी थोड़ा टाइम चो हो जाएगा। मैं दसो वीर जी, असं देखते हैं भी अजक नौजवान जोड़े मुंडे कुड़िया ने वो अपनी सेहत वास्ते अपनी चेहरे की कह लो भी चमक दमक वास्ते जिन्हों पिंपल निकल आते हैं जिन्हों की स्किन खराब हो जाती है वो डॉक्टर को जाते हैं महंगे तरह दूसरे जीडिया ट्यूबा लैके आते हैं या दवाइया लैके लाते हैं खाते हैं पर उन्होंने बेनीफिट नहीं होंगे कि लगता है तुहाडा जिहड़ा पटियाला शाही जूस के गिलास पीने नाल उन्होंने जिहड़े पिंपल ने जां होर जिहड़े चेहरे की चमक जिहड़ी घटी हुंदी आ उह वध जाएगी। ਭਾਜੀ ਹੈ ਹੀ ਹੈ, ਇੱਕ ਤਾਂ ਨੈਚੁਰਲ ਜੂਸ ਹੈ, ਆਯੁਰਵੈਦਿਕ ਆਪਾਂ ਕਹਿ ਸਕਦੇ ਹਾਂ ਉਹਨੂੰ, ਆਯੁਰਵੈਦਿਕ ਆਈਟਮ ਡਾਲੀਆਂ ਹੋਈਆਂ ਨੇ ਜਿਸ ਤਰ੍ਹਾਂ ਐਲੋਵੀਰਾ ਹੋ ਗਿਆ, ਐਲੋਵੀਰਾ ਦੇ ਪ੍ਰੋਪਰ ਸਕਿਨ ਵਾਸਤੇ ਬਹੁਤ ਵਧੀਆ, ਸਕਿਨ ਹਰ ਪ੍ਰੋਬਲਮ ਜਿਹੜੀ ਹੈ ਐਲੋਵੀਰਾ ਠੀਕ ਕਰਦਾ ਜੀ, ਜਿਹਦੇ ਨਾਲ ਹਰ ਕਿਸੇ ਨੂੰ ਇਹਦੇ ਬੈਨੀਫਿਟ ਮਿਲਦੇ ਨੇ। ਅਸੀਂ ਦੇਖਿਆ ਵੀਰ ਜੀ, ਜ਼ਿਆਦਾਤਰ ਜਦੋਂ ਕੋਈ ਕਿਸੇ ਦਾ ਕੋਈ ਰਿਸ਼ਤੇਦਾਰ ਬਿਮਾਰ ਹੁੰਦਾ ਵਾ ਤਾਂ ਉਹਨਾਂ ਵਾਸਤੇ ਜਦੋਂ ਹਸਪਤਾਲ ਪਤਾ ਲੈਣ ਜਾਂਦੇ ਨੇ ਅਤੇ ਡੱਬਿਆਂ ਵਿੱਚ ਬੰਦ ਜਿਹੜਾ ਜੂਸ ਲੈ ਕੇ ਜਾਂਦੇ ਨੇ, ਕਿਤੇ ਕਿਤੇ ਲੱਗਦਾ ਨਹੀਂ ਵੀ ਇੱਕ ਤਾਂ ਮਰੀਜ਼ ਅੱਗੇ ਬਿਮਾਰ ਹੁੰਦਾ ਅਤੇ ਜਦੋਂ ਅਸੀਂ ਬੰਦ ਜੰਬੇ ਵਾਲਾ ਜੂਸ ਲੈ ਕੇ ਜਾਂਦੇ ਹਾਂ ਪਤਾ ਨਹੀਂ ਕਿੰਨੇ ਕੁ ਪੁਰਾਣਾ ਹੁੰਦਾ ਵਾ, ਕਹਿੰਦੇ ਆ ਜੀ ਵਧੀਆ ਕੰਪਨੀ ਦਾ ਲਿਆਂਦਾ ਜੂਸ ਅਗਲੇ ਦੇ ਭਾਵੇਂ ਭਲੇ ਵਾਸਤੇ ਲਿਆਂਦਾ ਹੋਵੇ ਪਰ ਲੱਗਦਾ ਨਹੀਂ ਉਹਨੂੰ ਹੋਰ ਬਿਮਾਰੀਆਂ ਤੋਂ ਲੱਗ ਜਾਂਦੀਆਂ ਜੂਸ ਦੇ ਨਾਲ। ਭਾਜੀ ਉਹ ਅਸੀਂ ਹੁਣ ਮਤਲਬ ਪ੍ਰੋਪਰ ਨਹੀਂ ਕੁਝ ਦੱਸ ਸਕਦੇ ਉਹਦਾ ਕੀ ਸਿਸਟਮ ਹੈ, ਬਾਕੀ ਸਾਨੂੰ ਆਪਣੇ ਜੂਸ ਦਾ ਪਤਾ ਜੀ ਕਿ ਇਹਦੇ ਫੁੱਲ ਬੈਨੀਫਿਟ ਨੇ ਸਾਡੀ ਬੋਡੀ ਲਈ, ਫਾਇਦਾ ਹੀ ਨੇ, ਇਹਦਾ ਨੁਕਸਾਨ ਕੋਈ ਨਹੀਂ ਹੈ ਬੋਡੀ। ਕਹਿ ਸਕਦੇ ਵੀ ਜਿਹੜਾ ਜਦੋਂ ਵੀ ਕਿਸੇ ਦਾ ਪਤਾ ਲੈਣ ਜਾਈਏ ਜਾਂ ਕਿਸੇ ਦੀ ਰਿਸ਼ਤੇਦਾਰ ਕੋਲ ਜਾਂਦੇ ਅਸੀਂ ਬਿਮਾਰ ਕਿਸੇ ਕੋ, ਉਹਦੇ ਵਾਸਤੇ ਤਾਜ਼ਾ ਜਿਹੜਾ ਵਾ ਜੂਸ ਕਢਾ ਕੇ ਲੈ ਜਾਣਾ ਚਾਹੀਦਾ, ਨਾ ਕਿ ਡੱਬੇ ਵਾਲਾ ਬੰਦ ਵਾਲਾ। ਹਾਂਜੀ ਉਹ ਤਾਂ ਹੈ ਹੀ ਹੈ, ਤਾਜ਼ੇ ਜੂਸ ਦੇ ਆਪਣੇ ਬੈਨੀਫਿਟਸ ਨੇ ਜੀ, ਡੱਬੇ ਵਾਲਾ ਪਤਾ ਨਹੀਂ ਕਦੋਂ ਤਿਆਰ ਹੋਇਆ ਕਦੋਂ ਨਹੀਂ ਹੋਇਆ ਜੀ, ਮੇਨ ਹੈਗਾ ਕਿ ਤਾਜ਼ਾ ਦੂਧ ਜੂਸ ਅਸੀਂ ਲੈ ਕੇ ਜਾਵਾਂਗੇ ਉਹਨੂੰ ਫਾਇਦੇ ਹੀ ਬਣਨਗੇ, ਫਾਇਦੇ ਹੀ ਮਿਲਣਗੇ ਜੀ। ਅਤੇ ਮੈਨੂੰ ਦੱਸੋ ਵੀ ਕਿੰਨੇ ਕਿੱਥੋਂ ਲੋਕ ਆਉਂਦੇ ਨੇ ਤੁਹਾਡੇ ਕੋਲ ਇੱਥੇ ਆ ਕੇ ਜਿਹੜਾ ਮੰਗ ਕਰਦੇ ਨੇ ਵੀ ਸਾਨੂੰ ਜਿਹੜਾ ਪਟਿਆਲਾ ਸ਼ਾਹੀ ਜੂਸ ਦਾ ਗਲਾਸ ਦਿਓ, ਕਿ ਅਸੀਂ ਦੇਖਦੇ ਹਾਂ ਵੀ ਜ਼ਿਆਦਾਤਰ ਲੋਕ ਪਟਿਆਲਾ ਸ਼ਾਹੀ ਪੈਗ ਦੀ ਡਿਮਾਂਡ ਕਰਦੇ ਨੇ ਵੀ ਪਟਿਆਲਾ ਸ਼ਾਹੀ ਪੈਗ ਦਿੱਤਾ ਜਾਵੇ, ਪਰ ਉਹ ਕਿਤੇ ਸਿਹਤ ਵਾਸਤੇ ਨੁਕਸਾਨ ਕਰਦਾ ਵਾ, ਕਿਤੇ ਉਹਨਾਂ ਦੀ ਲੀਵਰ ਖਰਾਬ ਕਰ ਦਿੰਦਾ, ਕਿਤੇ ਕਿੰਨੀ ਖਰਾਬ ਜਾਂ ਹੋਰ ਨੁਕਸਾਨ ਬਹੁਤ ਕਰਦਾ ਸਿਹਤ ਵਾਸਤੇ, ਪਰ ਇਹ ਜਿਹੜਾ ਤੁਹਾਡਾ ਪਿੱਤਲ ਦਾ ਜਿਹੜਾ ਗਲਾਸ ਆ ਪਟਿਆਲਾ ਸ਼ਾਹੀ ਗਲਾਸ ਇਹ ਜੂਸ ਵਾ ਉਹਨਾਂ ਵਾਸਤੇ ਕਿੰਨਾ ਕੁ ਲਾਹੇਵੰਦ ਆ ਅਤੇ ਕਿੰਨੇ ਕੁ ਲੋਕ ਡਿਮਾਂਡ ਕਰਦੇ ਨੇ ਤੁਹਾਡੇ ਕੋਲ? ਭਾਅ ਜੀ ਕਾਫੀ ਕਸਟਮਰ ਜਿਹੜਾ ਹੈ ਇਹਨੂੰ ਪ੍ਰੈਫਰ ਕਰਦਾ, ਖੁਸ਼ੀ ਨਾਲ ਪੀ ਕੇ ਜਾਂਦਾ ਜੀ, ਜਿਸ ਤਰ੍ਹਾਂ ਆਪਾਂ ਜਿਮ ਵਾਲੇ ਬੋਇਜ਼ ਕਹਿ ਲਈਏ ਜਿਮ ਜੁਆਇਨ ਕਰਦੇ ਜਿੰਨਾ ਉਹਨਾਂ ਨੂੰ ਡਾਇਟ ਦੀ ਪ੍ਰੋਪਰ ਲੋੜ ਹੁੰਦੀ ਆ, ਡਾਇਟ ਵਾਸਤੇ ਬਹੁਤ ਵਧੀਆ, ਅਤੇ ਡਾਇਟੀਸ਼ੀਅਨ ਵੀ ਜਿਹੜੇ ਦੱਸਦੇ ਨੇ ਕਿ ਫਾਈਬਰ ਵਾਲਾ ਜੂਸ ਪੀਣਾ ਚਾਹੀਦਾ, ਪਲੇਨ ਜੂਸ ਨਾਲੋਂ ਫਾਈਬਰ ਵਾਲੇ ਜੂਸ ਦੇ ਜ਼ਿਆਦਾ ਬੈਨੀਫਿਟ ਨੇ, ਅਤੇ ਉਸੇ ਕਾਰਨ ਅਸੀਂ ਜਿਹੜਾ ਜੂਸ ਦਾ ਗਲਾਸ ਅਸੀਂ ਤਿਆਰ ਕੀਤਾ ਜੀ, ਕਸਟਮਰ ਲਈ ਇਹਦੇ ਬੈਨੀਫਿਟ ਬਹੁਤ ਨੇ, ਕਾਫੀ ਕਸਟਮਰ ਇਹਨੂੰ ਪ੍ਰੈਫਰ ਵੀ ਕਰ ਰਹੇ ਨੇ ਅਤੇ ਟੇਸਟ ਵੀ ਅੱਛਾ, ਬਾਕੀ ਬੈਨੀਫਿਟ ਵੀ ਬਹੁਤ ਨੇ। ਅਤੇ ਮੈਨੂੰ ਇਸ ਤੋਂ ਵੀ ਜਾਂਦੇ ਜਾਂਦੇ ਵੀ ਸਵਾਲ ਆਪਾਂ ਗੱਲ ਟਾਣਾ ਕਰ ਲਈਏ ਕਿ ਅਸੀਂ ਦੇਖਦੇ ਅੱਜ ਕੱਲ੍ਹ ਲੋਕਾਂ ਵਿੱਚ ਕਿ ਦੌੜ ਮੱਚੀ ਹੋਈ ਆ ਵੀ ਮੋਟਾਪਾ ਲੋਕ ਘਟਾ ਰਹੇ ਨੇ, ਲੋਕ ਕਹਿੰਦੇ ਵੀ ਅਸੀਂ ਪਤਾ ਪਤਲੇ ਹੋ ਜਾਈਏ, ਠੀਕ ਹੈ, ਅਤੇ ਪਤਲੇ ਹੋਣ ਵਾਸਤੇ ਉਹ ਜਿਮ ਵੀ ਜਾਂਦੇ ਨੇ ਦੌੜ ਵੀ ਲਾਉਂਦੇ ਨੇ ਅਤੇ ਫਿਰ ਵੀ ਜਾ ਕੇ ਇੰਨਾ ਅਸਰ ਨਹੀਂ ਪੈਂਦਾ, ਕੀ ਲੱਗਦਾ ਤੁਹਾਡੇ ਜੂਸ ਪੀਣ ਦੇ ਨਾਲ ਜਿਹੜਾ ਤੁਸੀਂ ਸਮਾਨ ਪਾਉਂਦੇ ਵਿੱਚ ਕੀ ਲੱਗਦਾ ਉਹਨਾਂ ਦੀ ਸਿਹਤ ਵਿੱਚ ਉਹਨਾਂ ਦਾ ਜਿਹੜਾ ਵਧੀਆ ਕੰਟਰੋਲ ਹੋਜੂਗਾ, ਕਿਤੇ ਕਿਤੇ ਉਹਨਾਂ ਦਾ ਜਿਹੜਾ ਕਹਿ ਲਓ ਵੀ ਸਰੀਰ ਫਿੱਟ ਹੋਜੂਗਾ ਤੁਹਾਡੇ ਜੂਸ ਪੀਣ ਦੇ ਨਾਲ? ਭਾਜੀ ਜਿਹੜਾ ਚਿੱਟਾ ਪੇਠਾ ਅਸੀਂ ਡਾਲ ਰਹੇ ਹਾਂ ਇਹ ਜਿਹੜਾ ਫੈਟ ਮਤਲਬ ਖਤਮ ਕਰਨ ਲਈ, ਫੈਟ ਰਿਡਿਊਸ ਕਰਨ ਲਈ ਬਹੁਤ ਵਧੀਆ, ਇਹਦੇ ਨਾਲ ਫੈਟ ਕਾਫੀ ਸਪੀਡਲੀ ਘਟਦੀ ਹੈ, ਅਤੇ ਐਲੋਵੀਰਾ ਵੀ ਜਿਸ ਤਰ੍ਹਾਂ ਅਸੀਂ ਦੇਖ ਲਈਏ ਕੰਪਨੀਜ਼ ਦੀ ਬੋਟਲਸ ਆਉਂਦੀਆਂ ਨੇ, ਐਲੋਵੀਰਾ ਵੀ ਜਿਹੜਾ ਕੋਈ ਰੈਗੂਲਰ ਯੂਜ਼ ਕਰਦਾ ਅਤੇ ਉਹਦੇ ਬੈਨੀਫਿਟ ਹੈ, ਅਤੇ ਪੇਟ ਦੀ ਚਰਬੀ ਜਿਹੜੀ ਆਪਾਂ ਕਹਿ ਲਈਏ ਬਹੁਤ ਜ਼ਿਆਦਾ ਹੁੰਦੀ ਹੈ, ਉਹ ਜਲਦੀ ਖਤਮ ਹੁੰਦੀ ਹੈ ਜੀ। ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ। ਇਹ ਅਸੀਂ ਗੱਲਬਾਤ ਕੀਤੀ ਭੁਪਿੰਦਰ ਸਿੰਘ ਨਾਲ, ਜਿਹੜੇ ਕਿ ਜਿਨ੍ਹਾਂ ਨੇ ਪਟਿਆਲਾ ਸ਼ਾਹੀ ਜੂਸ ਦਾ ਗਲਾਸ ਬਣਾਇਆ, ਤੁਸੀਂ ਦੇਖਿਆ ਆਪ 1.5 ਲੀਟਰ ਦਾ ਗਲਾਸ ਆ, ਪਿੱਤਲ ਦਾ ਗਲਾਸ ਆ, ਤੁਸੀਂ ਹਮੇਸ਼ਾ ਜੂਸ ਦੀ ਦੁਕਾਨ 'ਤੇ ਜੂਸ ਪੀਣ ਜਾਂਦੇ ਹੋਵੋਗੇ ਅਤੇ ਵੱਧ ਤੋਂ ਵੱਧ ਕੱਚ ਦੇ ਗਲਾਸ ਵਿੱਚ ਪੀਂਦੇ ਹੋਵੋਗੇ, ਪਰ ਜਿਹੜਾ ਇਹ ਪਿੱਤਲ ਦਾ ਜਿਹੜਾ ਜੂਸ ਮੁੰਡੇ ਨੇ ਬਣਾਇਆ ਨੌਜਵਾਨ ਦੇ ਨਾਲ, ਜਿਹੜੇ ਪਿੱਤਲ ਦਾ ਪਟਿਆਲਾ ਸ਼ਾਹੀ ਜਿਹੜਾ ਜੂਸ ਦਾ ਗਲਾਸ ਆ 1.5 ਲੀਟਰ ਦਾ ਗਲਾਸ ਆ, ਜਿਹੜਾ ਵੀ ਮਰੀਜ਼ ਮੰਨ ਲਓ ਇੱਥੇ ਆ ਕੇ ਪੀ ਕੇ ਜਾਂਦਾ ਤਾਂ ਮੈਨੂੰ ਲੱਗਦਾ ਵੀ ਉਹਨੂੰ ਡਾਕਟਰ ਦੀ ਲੋੜ ਨਹੀਂ ਪੈਣੀ, ਨਾ ਉਹਨੂੰ ਦਵਾਈਆਂ ਦੀ ਲੋੜ ਪੈਣੀ, 3-4 ਗਲਾਸ ਪੀ ਲੂਗਾ ਅਤੇ ਉਹਦੀ ਜਿਹੜੀ ਸਿਹਤ ਆ 9x9 ਹੋਜੂਗੀ। ਕਹਿੰਦੇ ਨੇ ਵੀ ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਆ, ਅਸੀਂ ਸਿਹਤ ਵਾਸਤੇ ਬੜੇ ਭੱਜ ਨੱਠੇ ਫਿਰਦੇ ਹਾਂ, ਡਾਕਟਰਾਂ ਕੋਲ ਜਾਂਦੇ ਹਾਂ, ਮਹਿੰਗੇ ਮਹਿੰਗੇ ਇਲਾਜ ਕਰਾਉਂਦੇ ਹਾਂ, ਪਰ ਸਾਡੀ ਸਿਹਤ ਜਲਦੀ ਨਹੀਂ ਠੀਕ ਹੁੰਦੀ, ਅਤੇ ਸਾਡੀ ਦਰਸ਼ਕਾਂ ਨੂੰ ਅਪੀਲ ਆ ਵੀ ਜੇਕਰ ਤੁਸੀਂ ਵੀ ਤੰਦਰੁਸਤ ਰਹਿਣਾ ਵਾ, ਤੁਸੀਂ ਵੀ ਬਿਮਾਰੀਆਂ ਤੋਂ ਦੂਰ ਰਹਿਣਾ ਵਾ, ਚਾਹੇ ਅੱਜ ਕੱਲ੍ਹ ਸ਼ੂਗਰ ਆ, ਲੀਵਰ ਦੇ ਫੈਟੀ ਆ, ਜਾਂ ਹਾਰਟ ਦੀਆਂ ਬਿਮਾਰੀਆਂ, ਜਾਂ ਤੁਹਾਨੂੰ ਮੋਟਾਪਾ ਵਾ, ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈਗੀ ਆ, ਇਸ ਵੀਰ ਕੋ ਆ ਕੇ ਪਿੱਤਲ ਦੇ ਗਲਾਸ ਵਿੱਚ ਪਟਿਆਲਾ ਸ਼ਾਹੀ ਜੂਸ ਦਾ ਗਲਾਸ ਪੀਓ ਅਤੇ ਆਪਣੀ ਜਿਹੜੀ ਸਿਹਤ ਆ ਉਹ ਚੰਗੀ ਰੱਖੋ। ਅਤੇ ਵੀਰ ਜੀ ਮੈਨੂੰ ਜਾਂਦੇ ਜਾਂਦੇ ਤੁਸੀਂ ਆਪਣਾ ਐਡਰੈਸ ਦੇ ਪਤਾ ਦੱਸ ਦਿਓ, ਜੇਕਰ ਕਿਸੇ ਨੇ ਤੁਹਾਡੇ ਕੋਲ ਆ ਕੇ ਪਟਿਆਲਾ ਸ਼ਾਹੀ ਗਲਾਸ ਜੂਸ ਦਾ ਪੀਣਾ ਹੋਵੇ ਅਤੇ ਕਿੱਥੇ ਐਡਰੈਸ ਆ, ਇਹਦੀ ਕੋਸਟ ਕੀ ਰੱਖੀ ਆ, ਕੀ ਪ੍ਰਾਈਜ਼ ਰੱਖਿਆ ਵੀ ਦੱਸ ਦਿਓ? ਇਹਦਾ ਪ੍ਰਾਈਜ਼ 250 ਰੁਪਿਆ ਜੀ, ਅਤੇ ਜਿਹੜਾ ਸਾਡਾ ਐਡਰੈਸ ਹੈ ਗੋਲਡਨ ਟੈਂਪਲ ਬੈਕ ਸਾਈਡ ਏਰੀਆ, ਨੀਅਰ ਪਾਪੜ ਬਾਜ਼ਾਰ ਹੈ, ਆਟਾ ਮੰਡੀ ਬਾਜ਼ਾਰ ਦੇ ਬਾਹਰ ਸਾਡੀ ਸ਼ੋਪ ਹੈ ਜੀ, ਓਪੋਜ਼ਿਟ ਗਲਿਆਰਾ,
ਸਾਡਾ ਕੰਟੈਕਟ ਨੰਬਰ ਹੈ 6280979805। ਜੇ ਕਿਸੇ ਨੂੰ ਐਡਰੈਸ ਨਾ ਪਤਾ ਲੱਗੇ ਕੰਟੈਕਟ ਕਰਕੇ ਸਾਨੂੰ ਆ ਸਕਦਾ ਜੀ ਸ਼ੋਪ ਤੇ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਦੇਖਿਆ ਵੀ ਇਹ ਜਿਹੜਾ ਨੌਜਵਾਨ ਹੈ ਭੁਪਿੰਦਰ ਸਿੰਘ, ਉਸਨੇ ਜਿਹੜਾ ਆਪਣਾ ਐਡਰੈਸ ਤੁਹਾਨੂੰ ਦੱਸ ਦਿੱਤਾ ਗਿਆ ਵਾ, ਜਦੋਂ ਵੀ ਤੁਸੀਂ ਕਿਤੇ ਅੰਮ੍ਰਿਤਸਰ ਆਓ ਦਰਬਾਰ ਸਾਹਿਬ ਦੇ ਕੋਲ ਬਿਲਕੁਲ ਜਿਹੜੀ ਆ ਇਸ ਨੌਜਵਾਨ ਦੀ ਹਮਟੀ ਡਮਟੀ ਦਾ ਨਾਂ ਦੇ ਜਿਹੜਾ ਜੂਸ ਦੀ ਦੁਕਾਨ ਖੋਲ੍ਹੀ ਗਈ ਆ, ਅਤੇ ਵਿਰਸਕ ਜਿਹੜਾ ਨੌਜਵਾਨ ਆ ਅਤੇ ਤੁਹਾਡੀ ਸਿਹਤ ਵਾਸਤੇ ਜਿਹੜਾ ਬਹੁਤ ਜਿਹੜਾ ਧਿਆਨ ਰੱਖ ਰਿਹਾ ਵਾ, ਜਿਵੇਂ ਕਿ ਡਾਕਟਰ ਸਾਨੂੰ ਕਹਿੰਦੇ ਨੇ ਵੀ ਜੂਸ ਪੀਣਾ ਚਾਹੀਦਾ ਵਾ, ਜੂਸ ਸਾਡੀ ਸਿਹਤ ਵਾਸਤੇ ਬਹੁਤ ਵਧੀਆ ਵਾ, ਅਤੇ ਇਸ ਕਰਕੇ ਇਸ ਨੌਜਵਾਨ ਦੇ ਨਾਲ ਜਿੱਥੇ 10 ਤਰ੍ਹਾਂ ਦੀ ਜਿਹੜੀਆਂ ਵਰਾਇਟੀਆਂ ਪਾ ਕੇ ਜਿਹੜਾ ਜੂਸ ਤਿਆਰ ਕੀਤਾ ਜਾ ਰਿਹਾ ਸਾਡੀ ਸਿਹਤ ਵਾਸਤੇ, ਉੱਥੇ ਹੀ ਸਭ ਤੋਂ ਬੈਨੀਫਿਟ ਆ 1.5 ਲੀਟਰ ਦਾ ਗਲਾਸ ਆ ਜਿਹੜਾ ਕਿ ਸਾਡੀ ਸਿਹਤ ਵਾਸਤੇ ਬਹੁਤ ਬੈਨੀਫਿਟ ਹੈ। ਇੱਕ ਵਾਰੀ ਇਹ ਗਲਾਸ ਪੀਵਾਂਗੇ ਜੂਸ ਦਾ ਤਾਂ ਮੈਨੂੰ ਲੱਗਦਾ ਵੀ ਜਿਹੜੀਆਂ ਸਾਡੇ ਸਰੀਰ ਵਿੱਚ ਬਿਮਾਰੀਆਂ ਨੇ ਉਹ ਸ਼ੁਭ ਮੰਤਰ ਹੋ ਜਾਣਗੀਆਂ, ਅਤੇ ਸਾਨੂੰ ਡਾਕਟਰਾਂ ਕੋਲ ਜਾ ਕੇ ਮਹਿੰਗੇ ਮਹਿੰਗੇ ਜਿਹੜੀਆਂ ਦਵਾਈਆਂ ਖਾਂਦੇ ਨੇ, ਮਹਿੰਗੇ ਮਹਿੰਗੇ ਡਾਕਟਰ ਜਿਹੜੇ ਪੈਸੇ ਲੈਂਦੇ, ਸਾਨੂੰ ਉਹਨਾਂ ਦਾ ਛੁਟਕਾਰਾ ਮਿਲੂਗਾ। ਔਰ ਮੈਨੂੰ ਦਿਓ ਇਜਾਜ਼ਤ, ਮੈਂ ਤੁਹਾਡਾ ਆਪਣਾ ਹਰਜੀਤ ਗਰੇਵਾਲ, ਪੰਜਾਬੀ ਲੋਕ ਚੈਨਲ, ਅੰਮ੍ਰਿਤਸਰ।